इस अरबपति सरदार ने देखो किवें सड़क किनारे लगा दिता नोटां दा लंगर। लोकां दा मिंटां सकिंटां दे विच हो गया भारे इकट्ठ, देखो किवें सड़क तो चक रहे ने पैसे। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਸਾਡੇ ਚੈਨਲ ਦੇ ਨਾਲ। ਜੋ ਗੱਲ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਮਾੜੇ ਕੰਮ ਕਰਦੇ ਹਾਂ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਮਾੜੇ ਕੰਮਾਂ ਦਾ ਨਤੀਜਾ ਵੀ ਜ਼ਰੂਰ ਭੁਗਤਣਾ ਪੈਂਦਾ। ਤੇ ਹੁਣ ਗੱਲ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ 'ਚ ਰਹਿੰਦਾ ਇੱਕ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਸੀ, ਉਹਨਾਂ ਦੇ ਘਰ ਦੇ ਵਿੱਚ ਹਰ ਸੁੱਖ ਸਹੂਲਤ ਦੀ ਚੀਜ਼ ਸੀ ਤੇ ਉਹਨਾਂ ਨੇ ਪੰਜਾਬ 'ਚ ਕਈ ਥਾਵਾਂ ਤੇ ਆਪਣੀਆਂ ਫੈਕਟਰੀਆਂ ਲਗਾਈਆਂ ਹੋਈਆਂ ਨੇ ਤੇ ਉਹਨਾਂ ਦਾ ਕੰਮ ਕਾਜ ਬਹੁਤ ਚੰਗੇ ਤਰੀਕੇ ਦੇ ਨਾਲ ਚੱਲ ਰਿਹਾ ਤੇ ਜਿਹੜਾ ਇਹਨਾਂ ਫੈਕਟਰੀਆਂ ਦਾ ਮਾਲਕ ਹੈ ਉਹ ਇੱਕ ਬੇਹੱਦ ਨੇਕ ਇਨਸਾਨ ਹੈ, ਗੁਰਸਿੱਖ ਵਿਅਕਤੀ ਹੈ ਜਿਹੜਾ ਕਿ ਰੱਬ ਦੇ ਵਿੱਚ ਬਹੁਤ ਯਕੀਨ ਰੱਖਦਾ ਹੈ ਤੇ ਖਾਸ ਕਰਕੇ ਉਸ ਦੀਆਂ ਫੈਕਟਰੀਆਂ ਦੇ ਵਿੱਚ ਜਿਹੜੇ ਵਰਕਰ ਕੰਮ ਕਰਦੇ ਨੇ, ਜੇਕਰ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਮਦਦ ਦੀ ਜ਼ਰੂਰਤ ਪੈਂਦੀ ਹੈ ਤੇ ਗੁਰਸਿੱਖ ਵਿਅਕਤੀ ਕਦੇ ਵੀ ਮਦਦ ਤੋਂ ਪਿੱਛੇ ਨਹੀਂ ਹਟਦਾ। ਪਰ ਹੌਲੀ ਹੌਲੀ ਸਮਾਂ ਬੀਤਦਾ ਗਿਆ, ਇਹ ਵਿਅਕਤੀ ਕਾਫੀ ਬਿਮਾਰ ਰਹਿਣ ਲੱਗਿਆ ਤੇ ਇੱਕ ਦਿਨ ਇਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਹੁਣ ਬਿਜ਼ਨਸ ਸਾਰਾ ਸੀ ਜਿਹੜਾ ਉਹ ਇਸ ਦੇ ਲੜਕੇ ਦੇ ਹੱਥ ਦੇ ਵਿੱਚ ਆ ਗਿਆ। ਪਰ ਇਸ ਦਾ ਲੜਕਾ ਇੱਕ ਨੰਬਰ ਦਾ ਨਸ਼ੇੜੀ ਸੀ ਜਿਹੜਾ ਕਿ ਕਹਿੰਦੇ ਨੇ ਸਿਗਰਟ ਬਹੁਤ ਪੀਂਦਾ ਸੀ, ਸ਼ਰਾਬ ਪੀਂਦਾ ਸੀ ਤੇ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਜਿਹੜਾ ਉਸ ਲੜਕੇ ਦੇ ਵੱਲੋਂ ਕੀਤੇ ਜਾਂਦੇ ਸੀ ਤੇ ਉਹ ਆਪਣਾ ਘਰ ਕਿਸੇ ਨਾ ਕਿਸੇ ਤਰੀਕੇ ਹੁਣ ਜ਼ਰੂਰ ਚਲਾ ਰਿਹਾ ਸੀ ਫੈਕਟਰੀ ਦੇ ਵਿੱਚ ਲੋਕਾਂ ਤੋਂ ਕੰਮ ਕਾਰ ਕਰਾ ਕੇ। ਪਰ ਕਹੀਏ ਤਾਂ ਉਹ ਆਪਣੇ ਸੁਭਾਅ ਦਾ ਕਾਫੀ ਜ਼ਿਆਦਾ ਕੱਬਾ ਦੱਸਿਆ ਜਾ ਰਿਹਾ ਸੀ, ਉਹ ਨਾ ਕਿਸੇ ਨੂੰ ਬੁਲਾ ਕੇ ਰਾਜੀ ਸੀ ਤੇ ਨਾ ਹੀ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਦੀ ਮਦਦ ਉਸਦੇ ਵੱਲੋਂ ਕੀਤੀ ਗਈ ਸੀ। ਤੇ ਹੁਣ ਜਦ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀਆਂ ਫੈਕਟਰੀਆਂ ਸਾਂਭਣ ਲੱਗ ਗਿਆ ਤੇ ਇੱਕ ਦਿਨ ਦੀ ਗੱਲ ਹੈ ਕਿ ਉਹ ਫੈਕਟਰੀ ਦੇ ਵਿੱਚ ਆਪਣੇ ਕੈਬਿਨ 'ਚ ਬੈਠਾ ਸੀ ਤੇ ਉੱਥੇ ਇੱਕ ਵਿਅਕਤੀ ਆਇਆ ਜਿਹੜਾ ਕਿ ਫੈਕਟਰੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮਕਾਜ ਕਰ ਰਿਹਾ ਸੀ ਤੇ ਉਹ ਵਿਅਕਤੀ ਜਦ ਆਇਆ ਉਸਨੇ ਆ ਕੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਤੇ ਇਸਨੇ ਬੜੇ ਹੀ ਹੋਰ ਤਰੀਕੇ ਦੇ ਨਾਲ ਉਸਨੂੰ ਜਵਾਬ ਦਿੱਤਾ ਤੇ ਬਾਅਦ ਦੇ ਵਿੱਚ ਪੁੱਛਿਆ ਕਿ ਤੁਸੀਂ ਮੇਰੇ ਕੈਬਿਨ 'ਚ ਕੀ ਕਰਨ ਆਏ ਹੋ ਤੇ ਉਸ ਵਿਅਕਤੀ ਨੇ ਦੱਸਿਆ ਕਿ ਤੁਹਾਡੇ ਪਿਤਾ ਜੀ ਮੇਰੇ ਮਿੱਤਰ ਸੀ ਤੇ ਉਹਨਾਂ ਨੇ ਮੇਰਾ ਜ਼ਿੰਦਗੀ ਦੇ ਵਿੱਚ ਬਹੁਤ ਸਾਥ ਦਿੱਤਾ ਹੈ, ਮੇਰੀ ਬਹੁਤ ਮਦਦ ਕੀਤੀ ਹੈ ਤੇ ਹੁਣ ਮੈਂ ਤੁਹਾਡੇ ਕੋਲੋਂ ਮਦਦ ਮੰਗਣਾ ਚਾਹੁੰਦਾ ਹਾਂ ਕਿਉਂਕਿ ਮੇਰੀ ਜਿਹੜੀ ਬੱਚੀ ਹੈ ਉਹ ਕਾਫੀ ਜ਼ਿਆਦਾ ਬਿਮਾਰ ਹੈ, ਉਸਨੂੰ ਕੈਂਸਰ ਹੈ ਤੇ ਉਸਦੇ ਇਲਾਜ ਦੇ ਲਈ ਮੈਨੂੰ ਪੈਸੇ ਚਾਹੀਦੇ ਨੇ, ਜੇਕਰ ਮੇਰੇ ਕੋਲ ਪੈਸੇ ਜਮ੍ਹਾਂ ਨਾ ਕਰ ਹੋਏ ਤੇ ਮੇਰੀ ਬੱਚੀ ਬਿਨਾਂ ਇਲਾਜ ਤੋਂ ਹੀ ਮਰ ਜਾਵੇਗੀ। ਤਗਿਓ ਜਿਹੜਾ ਵਿਅਕਤੀ ਹੁੰਦਾ ਹੈ ਇਹ ਸੁਣ ਕੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਮੇਰੇ ਕੋਲ ਆ ਕੇ ਇਹ ਪੈਸਿਆਂ ਦੀ ਗੱਲ ਕਿਉਂ ਕਰ ਰਹੇ ਹੋ ਤੇ ਉਹ ਵਿਅਕਤੀ ਕਹਿੰਦਾ ਹੈ ਕਿ ਮੈਨੂੰ ਜੇਕਰ ਤੁਸੀਂ ਪੈਸੇ ਦੇ ਦਿਓ ਤਾਂ ਮੇਰੀ ਬੱਚੀ ਦਾ ਇਲਾਜ ਹੋ ਜਾਵੇਗਾ ਤੇ ਅੱਗੇ ਉਹਦੀ ਇਹ ਨੌਜਵਾਨ ਕਹਿੰਦਾ ਹੈ ਕਿ ਮੈਂ ਤੁਹਾਨੂੰ ਪੈਸੇ ਕਿਉਂ ਦਵਾਂ, ਮੈਂ ਇਹ ਫੈਕਟਰੀ ਤੁਹਾਡੇ ਵਰਗੇ ਲੋਕਾਂ ਨੂੰ ਪੈਸੇ ਦੇਣ ਦੇ ਲਈ ਖੋਲ੍ਹੀ ਹੈ, ਮੇਰੇ ਕੋਲ ਤਾਂ ਆਪਣੇ ਲਈ ਪੈਸੇ ਨਹੀਂ ਬਚੇ, ਮੈਂ ਤੁਹਾਨੂੰ ਕਿੱਥੋਂ ਪੈਸੇ ਦੇ ਦਵਾਂ। ਜਦ ਇਹ ਗੱਲ ਉਸ ਵਿਅਕਤੀ ਦੇ ਵੱਲੋਂ ਕਹੀ ਜਾਂਦੀ ਹੈ ਤੇ ਇਸ ਦੇ ਨਾਲ ਹੋਰ ਵੀ ਕਈ ਮੰਦਭਾਗੇ ਸ਼ਬਦ ਜਿਹੜੇ ਨੇ ਉਸ ਵਿਅਕਤੀ ਦੇ ਵੱਲੋਂ ਵਰਤੇ ਜਾਂਦੇ ਨੇ ਤੇ ਜਿਹੜਾ ਉਹ ਕਾਰੀਗਰ ਹੁੰਦਾ ਹੈ ਉਹ ਇਹ ਸਾਰੀਆਂ ਗੱਲਾਂ ਸੁਣ ਕੇ ਕੈਬਿਨ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਤੇ ਬਾਹਰ ਆ ਕੇ ਰੋਣ ਲੱਗ ਜਾਂਦਾ ਹੈ ਕਿ ਜੇਕਰ ਅੱਜ ਉਹ ਵਿਅਕਤੀ ਜ਼ਿੰਦਾ ਹੁੰਦਾ, ਅੱਜ ਫੈਕਟਰੀ ਦਾ ਮਾਲਕ ਜਿਉਂਦਾ ਹੁੰਦਾ ਤੇ ਉਸਨੇ ਕਦੇ ਵੀ ਉਸ ਬੱਚੀ ਦੇ ਇਲਾਜ ਦੇ ਲਈ ਮਨਾ ਨਹੀਂ ਸੀ ਕਰਨਾ। ਉਸ ਤੋਂ ਬਾਅਦ ਦੀ ਗੱਲ ਹੈ ਕਿ ਇਹ ਜਿਹੜਾ ਵਿਅਕਤੀ ਆਪਣੇ ਘਰ ਨੂੰ ਚਲਾ ਜਾਂਦਾ ਹੈ ਤੇ ਕਈ ਦਿਨਾਂ ਤੱਕ ਇਹ ਦਫ਼ਤਰ ਵੀ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਇਸ ਨੂੰ ਘਰ ਬੈਠੇ ਨੂੰ ਖਬਰ ਮਿਲਦੀ ਹੈ ਕਿ ਜਿਹੜਾ ਫੈਕਟਰੀ ਦਾ ਮਾਲਕ ਹੈ ਉਹ ਨੌਜਵਾਨ ਉਸਦਾ ਵਿਆਹ ਹੈ ਤੇ ਉਸਨੇ ਆਪਣੇ ਵਿਆਹ ਦੇ ਵਿੱਚ ਕਈ ਲੱਖਾਂ ਰੁਪਏ ਲਗਾ ਦਿੱਤੇ ਨੇ। ਜਿਹੜੇ ਲੋਕ ਬਰਾਤੀ ਉਸਦੇ ਵਿਆਹ ਦੇ ਵਿੱਚ ਸ਼ਾਮਿਲ ਹੋਏ ਉਸਨੇ ਬਰਾਤੀਆਂ ਤੇ ਕਈ ਪੈਸੇ ਲੁਟਾਏ, ਪਰ ਇਸਦੇ ਕੋਲ ਪੈਸੇ ਇਸ ਕੰਮ ਲਈ ਨਹੀਂ ਸੀ ਕਿ ਉਹ ਬੱਚੀ ਦਾ ਇਲਾਜ ਕਰਵਾ ਪਾਉਂਦਾ। ਜਦ ਉਸ ਕਾਰੀਗਰ ਦੇ ਕੋਲ ਸਾਰੀਆਂ ਚੀਜ਼ਾਂ ਪਹੁੰਚਦੀਆਂ ਨੇ, ਗੱਲ ਦਾ ਉਸਨੂੰ ਪਤਾ ਲੱਗਦਾ ਹੈ ਕਿ ਕਿੰਨਾ ਪੈਸਾ ਵਿਆਹ 'ਚ ਲਗਾਇਆ ਗਿਆ ਤੇ ਉਹ ਕਾਫੀ ਜ਼ਿਆਦਾ ਜੇ ਕਹੀਏ ਤਾਂ ਉਸ ਵੇਲੇ ਦੁਖੀ ਹੁੰਦਾ ਹੈ ਕਿ ਮੇਰੀ ਬੱਚੀ ਦੇ ਇਲਾਜ ਲਈ ਇਹਨਾਂ ਨੇ ਮੈਨੂੰ ਪੈਸੇ ਨਾ ਦਿੱਤੇ ਤੇ ਅੱਜ ਮੇਰੀ ਬੱਚੀ ਦੀ ਬਿਨਾਂ ਇਲਾਜ ਤੋਂ ਮੌਤ ਹੋ ਚੁੱਕੀ ਹੈ ਤੇ ਅੰਦਰੋਂ ਅੰਦਰ ਇਹ ਜ਼ਰੂਰ ਕਹਿੰਦਾ ਹੈ ਕਿ ਜੇਕਰ ਇਸਨੇ ਮੇਰੇ ਨਾਲ ਮਾੜਾ ਕੀਤਾ ਹੈ ਤੇ ਰੱਬ ਜ਼ਿੰਦਗੀ ਦੇ ਵਿੱਚ ਇਸਨੂੰ ਵੀ ਕਦੇ ਨਾ ਕਦੇ ਮਾੜੇ ਦਿਨ ਜ਼ਰੂਰ ਦਿਖਾਵੇਗਾ। ਉਹੀ ਹੁੰਦਾ ਹੈ ਕਿ ਉਸ ਵਿਅਕਤੀ ਦੇ ਵਿਆਹ ਨੂੰ ਹੱਲੇ ਸਿਰਫ 2 ਮਹੀਨੇ ਹੀ ਬੀਤੇ ਹੁੰਦੇ ਆ ਕਿ ਉਸਨੂੰ ਇੱਕ ਭਿਆਨਕ ਰੋਗ ਲੱਗ ਜਾਂਦਾ ਹੈ। ਉਹ ਭਿਆਨਕ ਰੋਗ ਇਸ ਤਰੀਕੇ ਲੱਗਦਾ ਹੈ ਕਿ ਜੋ ਇਸਨੂੰ ਅੰਦਰੋਂ ਅੰਦਰ ਖਾਣ ਲੱਗ ਜਾਂਦਾ ਹੈ ਤੇ ਬਾਅਦ ਦੇ ਵਿੱਚ ਜਦ ਇਹ ਆਪਣਾ ਇਲਾਜ ਕਰਵਾਉਂਦਾ, ਪਹਿਲਾਂ ਤਾਂ ਡਾਕਟਰਾਂ ਨੂੰ ਪਤਾ ਨਹੀਂ ਲੱਗਦਾ ਕਿ ਆਖਿਰਕਾਰ ਇਹਨੂੰ ਕਿਹੜੀ ਬਿਮਾਰੀ ਹੈ, ਪਰ ਬਾਅਦ ਦੇ ਵਿੱਚ ਜਦ ਡਾਕਟਰਾਂ ਤੱਕ ਇਹ ਚੀਜ਼ ਪਹੁੰਚਦੀ ਹੈ ਕਿ ਇਸਨੂੰ ਇੱਕ ਭਿਆਨਕ ਰੋਗ ਹੋ ਚੁੱਕਾ ਹੈ ਜਿਸਦਾ ਇਲਾਜ ਹੁਣ ਜਿਹੜਾ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਭਾਰਤ ਦੇ ਵਿੱਚ ਵੀ ਨਹੀਂ ਬਚਿਆ, ਇਸਨੂੰ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਹੀ ਇਲਾਜ ਕਰਵਾਉਣਾ ਪਵੇਗਾ ਤੇ ਵਿਅਕਤੀ 2 ਮਹੀਨਿਆਂ ਦੇ ਲਈ ਅਮਰੀਕਾ ਜਾਂਦਾ, ਉੱਥੇ ਜਾ ਕੇ ਇਲਾਜ ਕਰਵਾਉਂਦਾ, ਪਰ ਇਸਨੂੰ ਉੱਥੋਂ ਵੀ ਬਿਲਕੁਲ ਫਰਕ ਨਹੀਂ ਪੈਂਦਾ ਤੇ ਇਹ ਵਾਪਸ ਪੰਜਾਬ ਮੁੜ ਆਉਂਦਾ ਤੇ ਜਦ ਕਈ ਮਹੀਨੇ ਬੀਤ ਜਾਂਦੇ ਨੇ ਇਸਨੂੰ ਇਸੇ ਤਰੀਕੇ ਬਿਮਾਰ ਰਹਿੰਦੇ ਤੇ ਕਾਫੀ ਪਰੇਸ਼ਾਨ ਹੋ ਜਾਂਦਾ। ਇੱਕ ਦਿਨ ਪੰਜਾਬ ਜਿਹੜੇ ਹਸਪਤਾਲ ਤੋਂ ਇਸਦਾ ਇਲਾਜ ਚੱਲ ਰਿਹਾ ਹੁੰਦਾ ਉੱਥੇ ਡਾਕਟਰ ਦੇ ਕੋਲ ਜਾਂਦਾ ਹੈ ਤੇ ਡਾਕਟਰ ਨੂੰ ਜਾ ਕੇ ਕਹਿੰਦਾ ਹੈ ਕਿਸੇ ਨਾ ਕਿਸੇ ਤਰੀਕੇ ਮੇਰੀ ਬਿਮਾਰੀ ਦਾ ਇਲਾਜ ਕਰ ਦਿਓ ਕਿਉਂਕਿ ਮੈਂ ਹੁਣ ਮਰਨ ਕਿਨਾਰੇ ਪੈ ਚੁੱਕਾ ਹੈ ਤੇ ਮੈਂ ਇੰਨੀ ਭਰੀ ਜਵਾਨੀ ਦੇ ਵਿੱਚ ਮਰਨਾ ਨਹੀਂ ਚਾਹੁੰਦਾ, ਮੈਂ ਜ਼ਿੰਦਗੀ 'ਚ ਕੋਈ ਵੀ ਚੀਜ਼ ਨਹੀਂ ਦੇਖੀ ਹੈ, ਮੇਰੇ ਕੋਲ ਬਹੁਤ ਪੈਸਾ ਹੈ, ਤੁਸੀਂ ਚਾਹੇ ਮੇਰਾ ਸਾਰਾ ਪੈਸਾ ਲੈ ਲਿਓ, ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਮੈਂ ਦੇਵਾਂਗਾ, ਪਰ ਮੇਰਾ ਇਲਾਜ ਵਧੀਆ ਤਰੀਕੇ ਕਰ ਦਿਓ। ਤਾਂ ਡਾਕਟਰ ਅੱਗੇ ਉਹ ਕਹਿੰਦੇ ਨੇ ਕਿ ਜੇਕਰ ਪੈਸਿਆਂ ਦੇ ਨਾਲ ਹੀ ਇਲਾਜ ਹੋ ਪਾਉਂਦਾ ਤਾਂ ਤੁਸੀਂ ਕਦੋਂ ਦੇ ਠੀਕ ਹੋ
ਵੀ ਕਾਫੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦਾ ਹੈ, ਵਾਪਸ ਆਪਣੇ ਘਰ ਆਉਂਦਾ ਹੈ ਤੇ ਕਈ ਦਿਨ ਇਸ ਨੂੰ ਘਰ ਦੇ ਵਿੱਚ ਆਇਆਂ ਨੂੰ ਬੀਤ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਸੋਚਦਾ ਹੈ ਕਿ ਇੱਕ ਵਾਰ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਮਦਦ ਦੇ ਲਈ ਮਨਾ ਕੀਤਾ ਸੀ, ਉਸ ਤੋਂ ਬਾਅਦ ਹੀ ਮੇਰੇ ਨਾਲ ਇਹ ਸਾਰੀਆਂ ਚੀਜ਼ਾਂ ਹੋਣ ਲੱਗ ਗਈਆਂ ਹੈ ਤੇ ਉਸ ਤੋਂ ਬਾਅਦ ਇਹ ਆਪਣੇ ਉਸ ਫੈਕਟਰੀ 'ਚ ਕੰਮ ਕਰਦੇ ਵਿਅਕਤੀ ਦੇ ਘਰ ਜਾਂਦਾ ਹੈ, ਉੱਥੇ ਜਾ ਕੇ ਉਸ ਤੋਂ ਮਾਫ਼ੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਦੇਖੋ ਅੱਜ ਮੇਰੀ ਹਾਲਤ ਕੀ ਹੋ ਗਈ ਹੈ, ਮੈਂ ਤੁਹਾਡੀ ਬੱਚੀ ਦਾ ਇਲਾਜ ਨਾ ਕਰਵਾ ਪਾਇਆ, ਮੇਰੇ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਅੱਜ ਰੱਬ ਨੇ ਵੀ ਮੈਨੂੰ ਮੌਤ ਦੇ ਹੀ ਜਿਹੜਾ ਕਿਨਾਰੇ ਤੇ ਪਾ ਦਿੱਤਾ ਹੈ, ਕਿਸੇ ਵੀ ਸਮੇਂ ਮੈਂ ਵੀ ਜਿਹੜਾ ਹੈ ਉਹ ਦੁਨੀਆ ਛੱਡ ਕੇ ਚਲਾ ਜਾਵਾਂਗਾ। ਤੇ ਅੱਗੇ ਉਹ ਜਿਹੜਾ ਵਿਅਕਤੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉਸਨੇ ਦੱਸਿਆ ਕਿ ਚਾਹੇ ਮੇਰੇ ਨਾਲ ਜੋ ਕੁਝ ਵੀ ਹੋਇਆ ਹੈ, ਮੈਨੂੰ ਚੰਗਾ ਨਹੀਂ ਸੀ ਲੱਗਾ ਕਿ ਤੁਸੀਂ ਕਿਸ ਤਰੀਕੇ ਮੇਰੇ ਨਾਲ ਗਲਤ ਸ਼ਬਦ ਬੋਲ ਕੇ ਮੈਨੂੰ ਆਪਣੇ ਕੈਬਿਨ 'ਚੋਂ ਬਾਹਰ ਕੱਢਤਾ, ਬੱਚੀ ਦੇ ਇਲਾਜ ਲਈ ਪੈਸੇ ਨਾ ਦਿੱਤੇ, ਪਰ ਮੈਂ ਕਦੇ ਨਹੀਂ ਸੀ ਚਾਹਿਆ ਕਿ ਤੁਸੀਂ ਇਸ ਤਰੀਕੇ ਤੜਪੋ, ਤੁਹਾਨੂੰ ਕੋਈ ਬਿਮਾਰੀ ਹੋਵੇ ਤੇ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਇਹ ਮਾੜੇ ਦਿਨ ਦੇਖਣੇ ਪੈ। ਤੇ ਉਸ ਤੋਂ ਬਾਅਦ ਉਹ ਫੈਕਟਰੀ ਦੇ ਵਿੱਚ ਕੰਮ ਕਰਦਾ ਵਿਅਕਤੀ ਇਸ ਲੜਕੇ ਨੂੰ ਆਖਦਾ ਕਿ ਕੋਈ ਗੱਲ ਨਹੀਂ, ਮੇਰੇ ਨਾਲ ਚਾਹੇ ਤੁਸੀਂ ਜਿੰਨਾ ਮਰਜ਼ੀ ਮਾੜਾ ਕੀਤਾ ਹੋਵੇ, ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਮਾੜੇ ਦਿਨ ਦੇਖੋ। ਜਿਸ ਤੋਂ ਬਾਅਦ ਉਹ ਮਾਫ਼ੀ ਮੰਗ ਕੇ ਵਿਅਕਤੀ ਆਪਣੇ ਘਰ ਨੂੰ ਵਾਪਸ ਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹ ਹੁਣ ਇਸ ਵੇਲੇ ਕਹੀਏ ਤਾਂ ਅਮਰੀਕਾ ਦੇ ਵਿੱਚ ਹੀ ਇੱਕ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਿਹਾ ਤੇ ਆਪਣੇ ਪਰਿਵਾਰ ਸਮੇਤ ਇਸ ਵੇਲੇ ਅਮਰੀਕਾ ਦੇ ਵਿੱਚ ਹੀ ਰਹਿ ਰਿਹਾ। ਤੇ ਇੱਥੇ ਹੀ ਗੱਲ ਆਉਂਦੀ ਹੈ ਕਿ ਜੇਕਰ ਅਸੀਂ ਕੁਝ ਮਾੜਾ ਕਰਦੇ ਹਾਂ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਦੁਬਾਰਾ ਦੇਖਣ ਨੂੰ ਜ਼ਰੂਰ ਮਿਲਦੀਆਂ ਨੇ। ਤੇ ਹੁਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਦੇ ਨਾਲ ਵੀ ਜੁੜੇ ਰਹੋ।